ਮਨਪ੍ਰੀਤ ਕਹਿੰਦੀ ਵੀ ਆ ਪਿੱਛੇ ਵਾਲੀ ਡਿੱਕੀ ਖੋਲ ਦੋ, ਆਪਾਂ ਉੱਥੇ ਬੈਠੇ ਆ ਨਾ ਤੇ ਪਿੱਛੇ ਬਹਿ ਜਾਏਗੀ। ਉਹ ਮਾਰਿਆ ਉਹਨੇ ਬੇਗ। ਹੁਣ ਮਿਊਜ਼ੀਅਮ ਦੇ ਅੰਦਰ ਜਾਣ ਵਾਸਤੇ ਜੀ ਵੇਟਿੰਗ 'ਚ ਲੱਗੇ ਹੋਏ ਆ, ਵੇਟਿੰਗ 'ਚ ਬੈਠੇ ਆ ਕਿਉਂਕਿ ਵਿਸਲ ਵੱਜੇਗੀ ਤਾਂ ਫਿਰ ਆਪਾਂ ਅੰਦਰ ਜਾ ਸਕਦੇ ਹਾਂ। 40 ਦੇ ਦੇ ਹੁਣ ਬਣਦਾ, ਯਾਨੀ ਕਿ ਬਹੁਤ ਪਰੇਸ਼ਾਨ ਆ ਮਨਨੂ ਦੀ ਟੱਡੀ ਪਿੱਛੇ, ਸੱਚ ਮਨਦੇ ਦੀਆਂ ਚੱਪਲਾਂ ਪਿੱਛੇ ਬਹੁਤ। ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ। ਤੇ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਅਸੀਂ ਬੱਸ ਦੇ ਵਿੱਚ ਜਾ ਰਹੇ ਹਾਂ, ਮਿੰਨੀ ਬੱਸ। ਤੇ ਆਹ ਦੇਖੋ ਕਿੰਨੀਆਂ ਸੀਟਾਂ, ਮਿੰਨੀ ਬੱਸ ਹੈ ਸਾਡੀ, ਤੇ ਇਹ 5 ਦੀਆਂ ਅਸੀਂ 7 ਸੀਟਾਂ ਬਣਾਈਆਂ ਹੋਈ। ਆਹ ਦੇਖੋ ਇੱਕ ਨਾਨਾ ਜੀ, ਨਾਨੀ ਜੀ, ਮੈਂ, ਮਨਪ੍ਰੀਤ, ਮੰਮੀ, ਇੱਧਰ ਮਨੀ ਵੀ ਬੈਠਾ ਹੋਇਆ, ਨੰਨੂ ਵੀ ਬੈਠਾ, ਮੰਨੀ ਵੀ ਬੈਠਾ, ਮੰਨੀ ਗੱਡੀ ਚਲਾ ਰਿਹਾ। ਸਤਿ ਸ਼੍ਰੀ ਅਕਾਲ ਜੀ। ਉਹ ਦੇਖੋ ਸਾਡਾ ਨੰਨੂ, ਇੱਕ ਮਿੰਟ ਇਧਰੋਂ ਕਰਦਾ ਨਾ, ਮੇਰੇ ਅੱਗੇ ਨਾ ਕਰ, ਸੋਰੀ। ਹੈਲੋ ਜੀ ਨੰਨੂ, ਹੈਲੋ ਕਰੋ। ਲੋ ਜੀ 7-8 ਜਣੇ ਜਾ ਰਹੇ ਆ ਜੀ ਅਸੀਂ, ਤੇ ਦਬੜੂ ਘੁਸੜੂ ਹੋ ਕੇ ਜਾ ਰਹੇ ਆ ਜੀ ਨੂੰ, ਆਪਾਂ ਬੀਬੀ ਬਾਬੇ ਨੂੰ ਦਰਸ਼ਨ ਕਰਾਉਣ ਜਾ ਰਹੇ ਆ, ਗੁਰਦੁਆਰਾ ਸਾਹਿਬ ਚਮਕੌਰ ਸਾਹਿਬ ਜਾ ਰਹੇ ਆ ਜੀ। ਤੇ ਬਾਕੀ ਉਸ ਤੋਂ ਬਾਅਦ ਹੋਰ ਵੀ ਉੱਥੇ ਕਈ ਸਥਾਨ ਨੇ ਤੇ ਗੁਰਧਾਮ ਨੇ, ਉੱਥੇ ਆਪਾਂ ਦੇਖਾਂਗੇ, ਟਾਈਮ ਮਿਲਿਆ ਤਾਂ ਉੱਥੇ ਵੀ ਆਪਾਂ ਜਾਵਾਂਗੇ। ਬਾਬਾ ਜੀ ਦੇ ਬੱਚੇ ਆ ਉੱਥੇ। ਹਾਂਜੀ ਹਾਂਜੀ, ਬਾਬਾ ਜੀ ਦੇ ਬੱਚੇ ਉੱਥੇ। ਹਾਂਜੀ, ਤੇ ਚਲੋ ਜੀ ਚੱਲਦੇ ਹਾਂ ਹੌਲੀ ਹੌਲੀ, ਛੋਟੇ ਛੋਟੇ ਬੱਚੇ। ਹਾਂਜੀ, ਤੇ ਤੁਹਾਨੂੰ ਵੀ ਕਰਾਉਣੇ ਜੀ ਦਰਸ਼ਨ। ਲਓ ਜੀ ਹੁਣ ਗੱਡੀ ਰੋਕੀ ਆ ਗੰਨੇ ਦਾ ਜੂਸ ਪੀਣ ਵਾਸਤੇ ਰੋਡ ਸਾਈਡ, ਮਨੀ ਬਾਹਰ ਨਿਕਲ ਕੇ ਲੈ ਲਈ ਹੈ ਮਾੜਾ ਜਿਹਾ ਪਵਾ ਲਈ ਗਲਾਸ ਦੇ ਵਿੱਚ। ਮਨਪ੍ਰੀਤ ਕਹਿੰਦੀ ਵੀ ਆ ਪਿੱਛੇ ਵਾਲੀ ਡਿੱਕੀ ਖੋਲ ਦੋ, ਆਪਾਂ ਔਖੇ ਬੈਠੇ ਆ ਨਾ ਤੇ ਪਿੱਛੇ ਬਹਿ ਜਾਏਗੀ। ਆਇਆ ਦੇਖ ਬਹਿ ਕੇ, ਕਛੂਏ ਨਾ ਬਹਿਣਾ ਪੈਣਾ, ਬਹਿ ਕੇ ਦੇਖ। ਲੈ ਬੰਦ ਕਰ, ਓ ਮਾਈ ਗੋਡ ਯਾਰ, ਸਹੀ ਆ ਯਾਰ, ਸਹੀ ਹੈ, ਓਕੇ ਗ੍ਰੇਡ। ਹੁਣ ਇੱਥੇ ਹੀ ਬੈਠੇਗੀ ਮਨਪ੍ਰੀਤ, ਮੈਂ ਵੀ ਬਹਿ ਹੀ ਸਕਦਾ, ਆਹ ਕਿੱਥੇ ਰੱਖਣਾ ਫਿਰ, ਰੱਖ ਵੇ। ਲੈ ਯਾਰ ਆਹ ਤਾਂ ਵਧੀਆ ਗੱਲ ਹੋ ਗਈ ਹੈ, ਹਾਂ ਓ ਵਾਹ ਕਿਆ ਬਾਤ ਹੈ, ਵੈਰੀ ਗੁੱਡ। ਅੱਗੇ ਹੋਇਆ, ਅੱਗੇ ਹੋਇਆ, ਡਿੱਕੀ ਬੰਦ ਕਰਨੀ ਹੈ। ਗ੍ਰੇਡ ਗ੍ਰੇਡ, ਬਹੁਤ ਵਧੀਆ ਕੰਮ ਹੋ ਗਿਆ, ਬਹੁਤ ਵਧੀਆ। ਹੈਲੋ ਹੈਲੋ, ਉਹ ਮਾਰਿਆ ਉਹਨੇ ਬੇਬ, ਤੇ ਤੂੰ ਅੱਗੇ ਹੋ ਜਾਂਦੀ ਪਾਗਲਾ, ਬੇਬ ਗੁੱਬਾ ਦੇਖ ਤਾਂ ਲੈਂਦਾ, ਟਾਕੀ ਮਾਰੀ ਉਹਦੇ ਐਡੀ ਜ਼ੋਰ ਨਾਲ, ਬਰਫ ਨਾ ਪਾਏ ਮੇਰੇ ਤੇ, ਓਏ ਡੁੱਲ ਗਿਆ ਓਏ। ਲਓ ਜੀ ਜੂਸ ਆ ਗਿਆ, ਤੇ ਬੜੇ ਵੱਡੇ ਵੱਡੇ ਗਲਾਸ ਹੈ ਨਾ ਮਨਪ੍ਰੀਤ, ਬੜੇ ਵੱਡੇ ਵੱਡੇ ਗਲਾਸ ਨੇ। ਚਲੋ ਪਹਿਲਾਂ ਜੂਸ ਪੀ ਲਈਏ ਫਿਰ ਕਰਦੇ ਹਾਂ ਗੱਲ। ਅੱਜ ਦੇ ਕਿੱਦਾਂ ਦੇ ਫੀਲ ਹੋ ਰਿਹਾ ਫਿਰ ਪਿੱਛੇ ਬੈਠ ਕੇ ਹੈ ਮਨੀ, ਇੱਕ ਮਿੰਟ ਥੰਬਨੇਲ ਤਾਂ ਲੈ ਲਈਏ ਮਨਪ੍ਰੀਤ ਦਾ, ਕਿਆ ਬਾਤ ਹੈ ਕਿਆ। ਨੰਨੂ ਉਹ ਦੇਖੋ ਕਿੰਨੀਆਂ ਸਾਰੀਆਂ ਭੇਡਾਂ, ਹੁਣ ਨੰਨੂ ਨੂੰ ਆ ਗਈ ਪੋਟੀ, ਪੋਟੀ ਆ ਗਈ ਰਸਤੇ ਦੇ ਵਿੱਚ।
ਚਲੋ ਉਤਰੋ ਥੱਲੇ ਉੱਥੇ ਪੈਰ ਰੱਖ ਕੇ ਉਤਰੋ ਜੋ ਥੱਲੇ ਤੇ ਆਹ ਦੇਖੋ ਕਿੱਥੇ ਖੜੇ ਆ ਉਹ ਥੱਲੇ ਗਿਰ ਆਈ ਹੈ ਪੂਰੀ ਨਹਿਰ ਇੱਥੇ ਹੁਣ ਕਰਾਉਣੀ ਪੈਣੀ ਇਹਨੂੰ ਆਜੋ 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 ਬੀਬੀ ਪਾਪੇ ਕਰਕੇ ਆਪਾਂ ਫਿਰ ਹੋ ਗਿਆ ਨਾ ਕੰਮ ਹਾਂ ਚੱਲ ਕੋਈ ਗੱਲ ਆ ਦੇਖ ਲੋ ਹਾਲ ਨੰਨੂ ਜਦੋਂ ਆਪਾਂ ਉੱਥੇ ਪੋਟੀ ਕਰਾਉਣ ਵਾਸਤੇ ਰੁਕੇ ਆ ਨਾ ਤੇ ਇਹਨੇ ਚੱਪਲਾਂ ਥੱਲੇ ਹੀ ਲਾਹ ਦੀਆਂ ਚੱਪਲਾਂ ਆਪ ਉੱਪਰ ਪੈ ਗਈ ਚੱਪਲਾਂ ਉੱਥੇ ਹੀ ਛੱਡ ਆਈ ਹੈ ਏਡਾ ਦਿਮਾਗ ਖਰਾਬ ਮੈਂ ਕਿਸੇ ਦਾ ਦੇਖਿਆ ਨੀ ਹੁਣ ਏਦੀ ਸਵਾ ਅੰਦਰ ਦਾ ਅੰਦਰ ਬੂਟ ਪਾ ਕੇ ਚੱਪੜਾ ਪਾ ਕੇ ਜਾਂਦੇ ਆ ਲੋਕ ਇਹ ਕਿਹੜਾ ਗੁਰਦੁਆਰਾ ਸਾਹਿਬ ਹੈ ਜਿਹੜਾ ਉੱਥੇ ਹੁਣ ਅਸੀਂ ਆ ਗਏ ਦਾਸਤਾਨੇ ਸ਼ਹਾਦਤ ਸੋਰੀ ਦੱਸਣਾ ਭੁੱਲ ਗਿਆ ਤੇ ਦਾਸਤਾਨੇ ਸ਼ਹਾਦਤ ਖੜੇ ਆ ਤੇ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀਗਾ ਇੱਕ ਵੀਡੀਓ ਦੇ ਵਿੱਚ ਤੇ ਹੁਣ ਇੱਥੇ ਅਸੀਂ ਹੁਣ ਟਿਕਟ ਵਾਸਤੇ ਵੇਟ ਕਰ ਰਹੇ ਆ ਮੰਨੀ ਲਾਈਨ 'ਚ ਲੱਗਾ ਹੋਇਆ ਹਾਂਜੀ 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 ਬਾਬਾ ਜੀ ਦਾ ਘੋੜਾ ਹਾਂਜੀ ਆਹ ਦੇਖੋ ਬਾਬਾ ਜੀ ਦਾ ਘੋੜਾ ਬਣਿਆ ਹੋਇਆ ਨਾ ਸ਼ਹੀਦਾਂ ਦਾ ਤੇ ਹੁਣ ਮੰਨੀ ਲਾਈਨ 'ਚ ਲੱਗਾ ਹੋਇਆ ਤੇ ਕਾਫੀ ਜ਼ਿਆਦਾ ਇੱਥੇ ਭੀੜ ਹੈ ਸੰਡੇ ਦੇ ਕਰਕੇ ਬਹੁਤ ਜ਼ਿਆਦਾ ਭੀੜ ਹੈ ਤੇ ਬਾਕੀ ਦੇਖਦੇ ਹੁਣ ਕਦੋਂ ਵਾਰੀ ਆਉਂਦੀ ਹੈ ਤੂੰ ਰਹਿ ਹੁਣ ਚੱਪਲਾਂ ਤੋਂ ਬਿਨਾਂ ਯਾਰ ਲਓ ਜੀ ਐਂਟਰੀ ਹੋ ਗਈ ਆਪਣੀ ਤੇ ਬਾਕੀ ਵੀ ਆ ਗਏ ਨੇ ਅੰਦਰ ਮੰਨੀ ਗੱਡੀ ਲਾਣ ਗਿਆ ਹੋਇਆ ਤੇ ਆਪਾਂ ਤਾਂ ਇੱਕ ਵਾਰੀ ਪਹਿਲਾਂ ਮਾਹੌਲ ਦੇਖਿਆ ਹੋਇਆ ਜੀ ਅੰਦਰ ਦਾ ਬਹੁਤ ਸੋਹਣਾ ਖੂਬਸੂਰਤ ਮਾਹੌਲ ਹੈ ਤੇ ਨਾਨਾ ਨਾਨੀ ਨੂੰ ਹੁਣ ਮੰਮੀ ਨੂੰ ਇੱਕ ਵਾਰੀ ਫੇਰ ਦਿਖਾ ਦਿੰਦੇ ਹਾਂ ਠੀਕ ਹੈ ਜੀ ਨਾਨੂੰ ਇੱਧਰ ਦੇਖ ਇੱਧਰ ਦੇਖ ਇੱਧਰ ਦੇਖ ਬਹਿ ਜਾ ਬਹਿ ਉੱਥੇ ਹੀ ਬੈਠ ਉੱਦਾਂ ਹੀ ਬੈਠ ਹਾਂ ਲੱਤ ਤੇ ਲੱਤ ਰੱਖ ਕੇ ਲੱਤ ਰੱਖ ਕੇ ਲੱਤ ਤੇ ਲੱਤ ਰੱਖ ਕੇ ਕਿੰਨਾ ਖੂਬਸੂਰਤ ਖੰਡ ਹੈ ਜੀ ਗਾਣਾ ਲੱਗਿਆ ਹੋਇਆ ਬਹੁਤ ਖੂਬਸੂਰਤ ਬਹੁਤ ਹੀ ਜ਼ਿਆਦਾ ਸੋਹਣੀ ਲੋਕੇਸ਼ਨ ਹੈ ਬਹੁਤ ਜ਼ਿਆਦਾ ਖੂਬਸੂਰਤ ਹਾਂਜੀ ਬਾਬਾ ਜੀ ਹਾਂ ਬਾਰ ਬਾਰ ਤਾਂ ਬਣਾ ਸਕਦੇ ਹਾਂ ਅੰਦਰ ਨਹੀਂ ਬਣਾ ਸਕਦੇ ਹੈਗੇ ਕਹਿੰਦੇ ਮੇਰੇ ਚੱਪਲ ਲੈ ਦਿਓ ਹੈ ਪਹਿਲਾਂ ਗਵਾਹੀ ਕਿਉਂ ਹੈ ਪਹਿਲਾਂ ਖਿਆਲ ਕਿਉਂ ਨਹੀਂ ਰੱਖਿਆ ਚੱਪਲ ਦਾ ਪਹਿਲਾਂ ਖਿਆਲ ਰੱਖਣਾ ਚਾਹੀਦਾ ਮੈਨੂੰ ਲੱਗੇ ਤੁਸੀਂ ਚੱਕੇ ਵਿੱਚ ਰੱਖੋਗੇ ਪਰ ਤੁਸੀਂ ਰੱਖੀ ਨਹੀਂ ਹੋ ਹੱਦ ਹੋ ਗਈ ਹੈ ਯਾਰ ਚੱਪਤੇ ਨਹੀਂ ਹੁਣ ਮੈਂ ਚੱਕ ਨਹੀਂ ਹੁਣ ਤੇਰੀ ਹੁਣ ਚੱਪਲਾਂ ਵੀ ਚੱਕ ਕੇ ਰੱਖੀ ਹੈ ਵਿੱਚ ਫਿਰ ਕੀ ਹੈ ਆ ਦੇਖੋ ਖੂਬਸੂਰਤ ਨਜ਼ਾਰਾ ਦਿਖਾਣਾ ਤੁਹਾਨੂੰ ਜਿੱਦਾਂ ਜਿੱਦਾਂ ਮਿਊਜ਼ਿਕ ਚੱਲਦਾ ਉਦਾਂ ਉਦਾਂ ਫੁਹਾਰੇ ਚੱਲਦੇ ਆ ਦੇਖੋ ਕਿੱਥੇ ਜਾ ਕੇ ਬਹਿ ਗਈ ਕੱਲੀ ਜਾ ਕੇ ਉਹ ਕਿੱਥੇ ਬਹਿ ਗਈ ਥੱਕ ਗਈ ਹੈ ਹੁਣ ਮਿਊਜ਼ੀਅਮ ਦੇ ਅੰਦਰ ਜਾਣ ਵਾਸਤੇ ਜੀ ਵੇਟਿੰਗ 'ਚ ਲੱਗੇ ਹੋਏ ਹਾਂ ਵੇਟਿੰਗ 'ਚ ਬੈਠੇ ਹਾਂ ਕਿਉਂਕਿ ਵਿਸਲ ਵੱਜੇਗੀ ਤਾਂ ਫਿਰ ਆਪਾਂ ਅੰਦਰ ਜਾ ਸਕਦੇ ਹਾਂ ਸਲੋਟ ਹੁੰਦਾ ਇੱਥੇ ਅਤੇ ਫਿਰ ਜਾ ਕੇ ਬੰਦੇ ਦੀ ਐਂਟਰੀ ਹੁੰਦੀ ਹੈ ਅਤੇ ਇੱਧਰ ਮਸਤੀ ਚੱਲ ਰਹੀ ਹੈ ਨੰਨੂ ਦੀ ਪੂਰੀ ਪੂਰੀ ਝੂਟੇ ਮਾਟੇ ਚੱਲ ਰਹੇ ਨੇ ਹੈ ਡਿੱਗ ਨਾ ਪਈ ਇਹਨੂੰ ਅੱਗੇ ਨੂੰ ਗਲੇਲਾ ਨਾ ਪੈ ਜਾਵੇ ਤੇਰਾ ਅੱਗੇ ਨੂੰ ਗਲੇਲਾ ਬਾਜੀ ਨਾ ਪੈ ਜਾਵੇ ਉਹਦੇ 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 ਬਚਾ ਹੋ ਗਿਆ ਅਤੇ ਹੁਣ ਅਸੀਂ ਤਿੰਨ ਸ਼ੋਅ ਦੇਖ ਕੇ ਆਏ ਬਸ ਐਂਡਲੇ ਕਿਉਂਕਿ ਟਾਈਮ ਘੱਟ ਸੀ ਸਮਾਂ ਘੱਟ ਸੀਗਾ ਸਾਡੇ ਕੋਲ
हाँ होलो होलो मोबाइल ते हुण नेक्स्ट टाइम आवांगे तां मेरे हिसाब नाल जल्दी आवांगे। पिछली बार तां असीं सारे शो देखे सीगे। पिछली बार पर सारे देखे सी। पिछली बार भी लेट रहे मतलब आधे बजे तक देखे सी आपां। हां लास्ट विच ते आए सी साढ़े 4 तो। हां हां इधर उधर हो गए सी। सही गल अपने उदों भी घट ही आपां देखे सीगे पर फिर भी काफी देख ले सी शो आपां। सवेरे आवे पूरा 2.5 घंटे दा पूरे शो देखे। हां सारे देखे। अच्छा 2.5 घंटे। हां जी ਇਹ ਵੈਸੇ ਹੀ ਬਣਾਇਆ ਹੋਇਆ ਪਾਪਾ ਜੀ ਸ਼ੋਅ ਵਾਸਤੇ। ਇੱਥੇ ਕੁਝ ਹੁੰਦਾ ਹੋਣਾ ਨਾ ਪ੍ਰੋਗਰਾਮ ਆ ਦੇਖੋ ਸਟੇਜ ਬਣੀ ਹੋਈ ਆ। ਹਾਂ ਸਤੰਭ ਜੇ ਬਣੇ ਹੋਏ ਆ ਇੱਥੇ ਸਾਰੇ ਸ਼ਹੀਦਾਂ ਦੇ ਨਾਮ ਲਿਖੇ ਹੋਏ ਆ ਜੀ। ਆਹ ਦੇਖੋ ਸਾਰੇ ਸ਼ਹੀਦਾਂ ਦੇ ਨਾਮ ਲਿਖੇ ਹੋਏ ਆ। ਉਹ ਟੋਟਲ ਜਿੱਥੇ ਤੱਕ ਬਣੇ ਹੋਏ ਆ ਸਾਰੇ ਇੱਦਾਂ ਹੀ ਆ ਜੀ। ਸਭ ਤੇ ਨਾਮ ਲਿਖੇ ਹੋਏ ਆ। ਆਜਾ 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 ਹੁਣ ਵੈਰੀ ਗੁੱਡ ਪਹਾੜ ਤੇ ਚੜੀ ਹੋਈ ਹੈ। ਆਜਾ 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 ਚੱਲ ਆਜਾ ਹੁਣ ਚੱਲੇ ਫਿਰ ਅਸੀਂ ਜਾਣ ਕੇ ਕਰਦੀ ਹੈ ਅੱਜ ਅੱਜ। ਅੱਛਾ ਤੁਸੀਂ ਇਹਨੂੰ ਦੋਵਾਂ ਨੂੰ ਫੜ ਕੇ ਲੈ ਤੁਸੀਂ ਦੋਵੇਂ ਇਹਨੂੰ ਫੜ ਕੇ ਲੈ ਗਏ ਨੰਨੂ ਕਿ ਨੰਨੂ ਤੁਹਾਨੂੰ ਦੋਵਾਂ ਨੂੰ ਫੜ ਕੇ ਲੈ। ਅੱਛਾ ਦੋਨਾਂ ਨੂੰ ਫੜ ਕੇ ਲੈ ਗਿਆ ਜੀ। ਕਰਨਾ ਕੀ ਹੈ ਮੈਨੂੰ ਦੱਸ ਕਰਨਾ ਕੀ ਹੈ ਕੀ ਕਰਨਾ ਕੀ ਹੈ ਹੁਣ ਕਹਿੰਦੀ ਇੱਥੋਂ ਮੈਂ ਤੁਰ ਕੇ ਵੀ ਨੀ ਜਾਣਾ ਤੁਰ ਕੇ ਵੀ ਜਾਣਾ ਤੇ ਕੰਡੇ ਵੀ ਚੁਭਦੇ ਆ ਤੇ ਜਾਣਾ ਵੀ ਹੈ ਨੀ। ਚਮਕੌਰ ਸਾਹਿਬ ਦੀ ਪਾਰਕਿੰਗ ਹੈ ਯਾਰ ਮੰਨੀ ਇਹਨਾਂ ਤੁਰ ਕੇ ਜਾਵਾਂਗੇ ਉੱਥੇ ਤੱਕ। ਲੈਦੀ ਆਈਸਕ੍ਰੀਮ ਕਿਹੜੀ ਵਾਲੀ ਹੈ ਦਹਾਈ ਮਾੜੀ ਜੀ ਮੈਨੂੰ ਦਹਾਈ ਖਾ ਲਵਾਂ ਮੈਂ ਮਾੜੀ ਜੀ ਮਾੜੀ ਤੈਨੂੰ ਨੀ ਠੰਡੀ ਮੈਨੂੰ ਠੰਡੀ ਲੱਗਦੀ ਹੈ ਤੈਨੂੰ ਨੀ ਠੰਡੀ ਲੱਗਦੀ ਦੇ ਮਾੜੀ ਜੀ ਪਾਪਾ ਨੂੰ ਦੇ ਥੋੜ੍ਹਾ ਇੱਕੋ ਹੀ ਚੱਕ ਇੱਕੋ ਇੱਕੋ ਹੀ ਬਾਈਟ ਇੱਕੋ ਹੀ ਬਾਈਟ ਇੱਕੋ ਹੀ ਬਾਈਟ ਪਲੀਜ਼ ਇੱਕ ਬਾਈਟ ਨਹੀਂ ਜਮੈਟਰੀ ਬਾਕਸ ਦਿਖਾਈ ਮਾੜਾ ਜਮੈਟਰੀ ਬਾਕਸ ਦਿਖਾ ਦੇ। ਹਾਂ ਆਹ ਵਾਲਾ ਜਮੈਟਰੀ ਬਾਕਸ ਲਿਆ ਨਾ ਬਹੁਤ ਹੀ ਜ਼ਿਆਦਾ ਖੁਸ਼ ਹੈ ਤੂੰ ਹੈਪੀ ਹੈ। ਚਲੋ ਜੀ ਠੀਕ ਹੈ ਚਲ ਹੁਣ ਆਪਾਂ ਜਾ ਰਹੇ ਚਮਕੌਰ ਦੀ ਗੜੀ ਜਿੱਥੇ ਹੋਇਆ ਸੀ ਜਿੱਥੋਂ ਗੁਰੂ ਸਾਹਿਬ ਹੈ ਨਾ ਉਹਨਾਂ ਨੂੰ ਤਿਆਰ ਕਰਕੇ ਭੇਜਦੇ ਸੀ ਹੈ ਨਾ ਸਾਹਿਬਜ਼ਾਦਿਆਂ ਨੂੰ ਨੀਚੇ ਜੰਗ ਲੜੀ ਹੈ ਨਾ ਜਿੱਥੇ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਉੱਥੇ ਯਾਨੀ ਕਿ ਜੰਗ ਹੋਈ ਹੈ ਉਹ ਜੰਗ ਦਾ ਸਥਾਨ ਇੱਥੇ ਉਹ ਤਿਆਰ ਕਰਕੇ ਉੱਪਰੋਂ ਥੱਲੇ ਭੇਜਦੇ ਸੀਗੇ ਜੇ ਮੂਵੀ ਵਿੱਚ ਵੀ ਕਿਸੇ ਨੇ ਦੇਖਿਆ ਹੋਵੇ ਤਾਂ ਕਾਫੀ ਉੱਪਰ ਚੜ੍ਹ ਕੇ ਜਾਣਾ ਪੈਂਦਾ। ਨਿਸ਼ਾਨ ਸਾਹਿਬ ਚੜਾਇਆ ਜਾ ਰਿਹਾ ਜੀ ਆ ਦੇਖੋ ਤੇ ਲਓ ਜੀ ਹੁਣ ਅਸੀਂ ਮਿਸ਼ਨ ਨੰਨੂ ਦੀ ਟੱਟੀ ਟੋਇਲੈਟ ਉਹ ਲੱਭ ਰਹੇ ਹਾਂ ਕਿਉਂਕਿ ਮਨਪ੍ਰੀਤ ਦੀਆਂ ਚੱਪਲਾਂ ਵੀ ਉੱਥੇ ਹੀ ਸੀਗੀਆਂ ਮਨਪ੍ਰੀਤ ਉੱਥੇ ਹੀ ਛੱਡ ਆਈ ਸੀ ਤੇ ਹੁਣ ਲੱਭ ਰਹੇ ਹੁਣ ਦੇਖਦੇ ਹਾਂ ਅਸੀਂ ਕਾਮਯਾਬ ਹੁੰਦੇ ਕਿ ਨਹੀਂ ਬਾਕੀ ਪਤਾ ਨੀ ਪਿੱਛੇ ਨਾ ਰਹਿ ਗਿਆ ਹੋਵੇ ਉਹ ਵਾਲਾ ਆ ਸਰ ਤਾਰ ਨੀ ਹੈਗੀ ਚੱਲ ਵੀ ਤਾਰ ਨੀ ਹੈਗੀ ਇੱਧਰ ਤਾਰ ਹੈ ਉਹ ਸਾਹਮਣੇ ਹਾਂ ਠੀਕ ਹੈ ਠੀਕ ਦੇਖਦੇ ਹੁਣ ਬਣਦਾ ਯਾਨੀ ਕਿ ਬਹੁਤ ਪਰੇਸ਼ਾਨ ਨੰਨੂ ਦੀ ਟੱਡੀ ਪਿੱਛੇ ਮਨਪ੍ਰੀਤ ਦੀਆਂ ਚੱਪਲਾਂ ਪਿੱਛੇ ਬਹੁਤ ਪਰੇਸ਼ਾਨ ਹੈ ਚੱਪਲਾਂ ਹੁਣ ਮਤਲਬ ਸਬੂਤ ਸਾਡੇ ਕੋਲ ਸਿਰਫ ਟੱਟੀ ਹੈ ਹੋਰ ਬਹੁਤ ਮਹਿੰਗੀਆਂ ਚੱਪਲਾਂ ਸੀਗੀਆਂ ਪੂਰੀਆਂ 150 ਰੁਪਏ ਦੀਆਂ ਚੱਪਲਾਂ ਸੀ ਲੱਭਣੀਆਂ ਬਹੁਤ ਜ਼ਰੂਰੀ ਇੱਧਰ ਤਾਂ ਵਾੜ ਹੈ ਉਹ ਤਾਂ ਵਾੜ ਨੀ ਸੀ ਹੈਗੀ ਆਹ ਵਾਲੀ ਨਾ ਆਹ ਜਿਹੜੀ ਆ ਤਾਰਾਂ ਦੀ ਵਾੜ ਹੈ ਉਹ ਨੀ ਸੀ ਹੈਗੀ ਬਸ ਉਹੀ ਸਾਡੇ ਕੋਲ ਪਛਾਣ ਹੈ ਤੇ ਇੱਧਰ ਆਪਾਂ ਇੱਧਰ ਦੇਖ ਲੈਣਾ ਆਹ ਵਾਲੀ ਸਾਈਡ ਤੇ
ਹਾਂ ਦੇਖਦੇ ਆ ਜੇ ਜਿੱਥੇ ਲੈਟਰਿੰਗ ਕੀਤੀ ਸੀ ਨਾ ਨੰਨੂ ਨੇ ਪੋਟੀ ਕੀਤੀ ਸੀ ਬਸ ਉਹ ਜਗ੍ਹਾ ਅਸੀਂ ਲੱਭ ਰਹੇ ਆ ਕਿਉਂਕਿ ਉਹ ਜਗ੍ਹਾ ਲੱਭ ਗਈ ਤਾਂ ਚੱਪੜਾ ਵੀ ਹਾਂ ਚੱਪੜਾ ਵੀ ਉਹਦੇ ਕੋਲ ਹੀ ਲਾਈਆਂ ਸੀ ਬਸ ਤਾਰ ਨੀ ਸੀ ਤਾਰ ਪੱਟਦੀ ਤੇ ਹੁਣ ਅਸੀਂ ਮੇਰੇ ਖਿਆਲ ਨਾਲ ਲੁਧਿਆਣੇ ਵਾਲੇ ਰੋਡ ਤੇ ਆ ਗਏ ਆ ਜੀ ਪਰ ਨੰਨੂ ਦੀ ਪੋਟੀ ਨੀ ਲੱਭੀ ਸਾਨੂੰ ਜਿਹਦੀ ਕਿਸਮਤ ਅਸੀਂ ਪਰਖ ਰਹੇ ਸੀਗੇ ਵੀ ਕਿਸਮਤ ਦੇ ਦੇ ਤੇਜ਼ ਹੈਗੀ ਕਿ ਨਹੀਂ ਹੈਗੀ ਉਹ ਆ ਵੀ ਸੁੱਤੀ ਵੀ ਕਿਸਮਤ ਜਿਹੜਾ ਮੈਨੂੰ ਫੋਟੀ ਵਾਲਾ ਸਬੂਤ ਛੱਡੇ ਉਹ ਵੀ ਸੁੱਤਾ ਪਿਆ ਇੰਤਜ਼ਾਰ ਕਰੋ ਨਵੇਂ ਵਲੋਗ ਦਾ ਤੇ ਇਹ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਆ ਜੀ ਨਵੀਂ ਵੀਡੀਓ ਦੇ ਵਿੱਚ ਬਾਏ ਬਾਏ ਟਾਟਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਬੀਬੀ ਤੁਸੀਂ ਕਹਿਣਾ ਅਗਲੇ ਕਿਸੇ ਬੀਬੀ ਕਹਿੰਦੀ ਉਹ ਕਹਿਣਗੇ ਬਾਏ ਬਾਏ ਜੀ ਬਾਏ।